ਆ ਵੇਖੋ ਕਿਵੇਂ ਸਿਗਰਟ ਪੀਂਦੇ ਪੀਂਦੇ ਇਸ ਨੌਜਵਾਨ ਨੇ ਜੀਪ ਕੀਤੀ ਚੋਰੀ। ਤਾਂ ਪਹਿਲਾਂ ਇਹ ਨੌਜਵਾਨ ਮੌਕੇ ਤੇ ਖੜਾ ਧੂਏ ਦੇ ਛੱਲੇ ਬਣਾ ਰਿਹਾ ਹੁੰਦਾ ਹੈ, ਤਾਂ ਫਿਰ ਇਹ ਇੱਕ ਜੀਪ ਨੂੰ ਨਿਸ਼ਾਨਾ ਬਣਾਉਂਦਾ ਹੈ, ਤਾਂ ਆਸ ਪਾਸ ਵੇਖਦਾ ਹੈ ਕਿ ਕੋਈ ਦੇਖ ਤਾਂ ਨਹੀਂ ਰਿਹਾ। ਜਿਸ ਤੋਂ ਬਾਅਦ ਇਹ ਪਹਿਲਾਂ ਤਾਂ ਜੀਪ ਦਾ ਲੋਕ ਤੋੜਦਾ, ਫਿਰ ਉਸਦਾ ਸਟੀਅਰਿੰਗ ਨੂੰ ਹਿਲਾਉਂਦਾ, ਤਾਂ ਫਿਰ ਇਹ ਮੌਕੇ ਤੇ ਇਸ ਜੀਪ ਨੂੰ ਪਿੱਛੇ ਵੱਲ ਧੱਕਾ ਲਗਾਉਂਦਾ ਹੋਇਆ ਨਜ਼ਰ ਆ ਰਿਹਾ, ਤਾਂ ਕਿ ਕਿਸੇ ਨੂੰ ਵੀ ਕੋਈ ਆਵਾਜ਼ ਨਾ ਆਵੇ। ਤਾਂ ਮੌਕੇ ਤੇ ਇੱਕ ਲਾਈਟ ਵੀ ਚੱਲ ਜਾਂਦੀ ਹੈ, ਜਿਸ ਤੋਂ ਬਾਅਦ ਇਹ ਉਸ ਜੀਪ ਨੂੰ ਉੱਥੇ ਹੀ ਛੱਡ ਕੇ ਨਿਕਲ ਜਾਂਦਾ ਹੈ। ਤਾਂ ਫਿਰ ਇਹ ਵਾਪਸ ਆਉਂਦਾ ਹੈ ਤਾਂ ਧੱਕਾ ਲੈ ਕੇ ਇਹ ਜੀਪ ਨੂੰ ਪਿੱਛੇ ਲੈ ਜਾਂਦਾ ਹੈ, ਜਿਸ ਤੋਂ ਬਾਅਦ ਇਹ ਜੀਪ ਨੂੰ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਦੇਰ ਰਾਤ ਇੱਕ ਚੋਰ ਦੇ ਵੱਲੋਂ ਜੀਪ ਨੂੰ ਚੋਰੀ ਕੀਤਾ ਗਿਆ, ਤੇ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ, ਤੇ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ, ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਤੁਸੀਂ ਵੀ ਵੇਖੋ ਕਿਸ ਤਰੀਕੇ ਦੇ ਨਾਲ, ਕਿਸ ਚਲਾਕੀ ਦੇ ਨਾਲ ਇਸ ਦੇ ਵੱਲੋਂ ਇਸ ਜੀਪ ਨੂੰ ਚੋਰੀ ਕੀਤਾ ਗਿਆ। ਤਾਂ ਪਹਿਲਾਂ ਤਾਂ ਇਹ ਖੜਾ ਉੱਥੇ ਸਿਗਰਟ ਪੀ ਰਿਹਾ ਹੁੰਦਾ ਹੈ, ਜਿਸ ਤੋਂ ਬਾਅਦ ਇਹ ਜੀਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਦੀ ਬਾਰੀ ਦਾ ਪਹਿਲਾਂ ਲੌਕ ਤੋੜਦਾ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਜੀਪ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਆ ਵੇਖੋ ਕਿਵੇਂ ਸਿਗਰਟ ਪੀਂਦੇ ਪੀਂਦੇ ਇਸ ਨੌਜਵਾਨ ਨੇ ਜੀਪ ਕੀਤੀ ਚੋਰੀ। ਤਾਂ ਪਹਿਲਾਂ ਇਹ ਨੌਜਵਾਨ ਮੌਕੇ ਤੇ ਖੜਾ ਧੂਏ ਦੇ ਛੱਲੇ ਬਣਾ ਰਿਹਾ ਹੁੰਦਾ, ਤਾਂ ਫਿਰ ਇਹ ਇੱਕ ਜੀਪ ਨੂੰ ਨਿਸ਼ਾਨਾ ਬਣਾਉਂਦਾ ਹੈ, ਤਾਂ ਆਸ ਪਾਸ ਵੇਖਦਾ ਹੈ ਕਿ ਕੋਈ ਦੇਖ ਤਾਂ ਨਹੀਂ ਰਿਹਾ। ਜਿਸ ਤੋਂ ਬਾਅਦ ਇਹ ਪਹਿਲਾਂ ਤਾਂ ਜੀਪ ਦਾ ਲੋਕ ਤੋੜਦਾ, ਫਿਰ ਉਸਦਾ ਸਟੀਅਰਿੰਗ ਨੂੰ ਹਿਲਾਉਂਦਾ, ਤਾਂ ਫਿਰ ਇਹ ਮੌਕੇ ਤੇ ਇਸ ਜੀਪ ਨੂੰ ਪਿੱਛੇ ਵੱਲ ਧੱਕਾ ਲਗਾਉਂਦਾ ਹੋਇਆ ਨਜ਼ਰ ਆ ਰਿਹਾ, ਤਾਂ ਕਿ ਕਿਸੇ ਨੂੰ ਵੀ ਕੋਈ ਆਵਾਜ਼ ਨਾ ਆਵੇ। ਤਾਂ ਮੌਕੇ ਤੇ ਇੱਕ ਲਾਈਟ ਵੀ ਚੱਲ ਜਾਂਦੀ ਹੈ, ਜਿਸ ਤੋਂ ਬਾਅਦ ਇਹ ਉਸ ਜੀਪ ਨੂੰ ਉੱਥੇ ਹੀ ਛੱਡ ਕੇ ਨਿਕਲ ਜਾਂਦਾ, ਤਾਂ ਫਿਰ ਇਹ ਵਾਪਸ ਆਉਂਦਾ ਹੈ ਤਾਂ ਧੱਕਾ ਲੈ ਕੇ ਇਹ ਜੀਪ ਨੂੰ ਪਿੱਛੇ ਲੈ ਜਾਂਦਾ, ਜਿਸ ਤੋਂ ਬਾਅਦ ਇਹ ਜੀਪ ਨੂੰ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਦੇਰ ਰਾਤ ਇੱਕ ਚੋਰ ਦੇ ਵੱਲੋਂ ਜੀਪ ਨੂੰ ਚੋਰੀ ਕੀਤਾ ਗਿਆ, ਤੇ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ, ਤੇ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ, ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਤੁਸੀਂ ਵੀ ਵੇਖੋ ਕਿਸ ਤਰੀਕੇ ਦੇ ਨਾਲ, ਕਿਸ ਚਲਾਕੀ ਦੇ ਨਾਲ ਇਸ ਦੇ ਵੱਲੋਂ ਇਸ ਜੀਪ ਨੂੰ ਚੋਰੀ ਕੀਤਾ ਗਿਆ। ਤਾਂ ਪਹਿਲਾਂ ਤਾਂ ਇਹ ਖੜਾ ਉੱਥੇ ਸਿਗਰਟ ਪੀ ਰਿਹਾ ਹੁੰਦਾ, ਜਿਸ ਤੋਂ ਬਾਅਦ ਇਹ ਜੀਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਦੀ ਬਾਰੀ ਦਾ ਪਹਿਲਾਂ ਲੋਕ ਤੋੜਦਾ, ਜਿਸ ਤੋਂ ਬਾਅਦ ਇਹ ਮੌਕੇ ਤੋਂ ਜੀਪ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ। ਆ ਵੇਖੋ ਕਿਵੇਂ ਸਿਗਰਟ ਪੀਂਦੇ ਪੀਂਦੇ ਇਸ ਨੌਜਵਾਨ ਨੇ ਜੀਪ ਕੀਤੀ ਚੋਰੀ। ਤਾਂ ਪਹਿਲਾਂ ਇਹ ਨੌਜਵਾਨ ਮੌਕੇ ਤੇ ਖੜਾ ਧੂਏ ਦੇ ਛੱਲੇ ਬਣਾ ਰਿਹਾ ਹੁੰਦਾ ਹੈ, ਤਾਂ ਫਿਰ ਇਹ ਇੱਕ ਜੀਪ ਨੂੰ ਨਿਸ਼ਾਨਾ ਬਣਾਉਂਦਾ, ਤਾਂ ਆਸ ਪਾਸ ਵੇਖਦਾ ਹੈ ਕਿ ਕੋਈ ਦੇਖ ਤਾਂ ਨਹੀਂ ਰਿਹਾ। ਜਿਸ ਤੋਂ ਬਾਅਦ ਇਹ ਪਹਿਲਾਂ ਤਾਂ ਜੀਪ ਦਾ ਲੋਕ ਤੋੜਦਾ, ਫਿਰ ਉਸਦਾ ਸਟੀਅਰਿੰਗ ਨੂੰ ਹਿਲਾਉਂਦਾ, ਤਾਂ ਫਿਰ ਇਹ ਮੌਕੇ ਤੇ ਇਸ ਜੀਪ ਨੂੰ ਪਿੱਛੇ ਵੱਲ ਧੱਕਾ ਲਗਾਉਂਦਾ ਹੋਇਆ ਨਜ਼ਰ ਆ ਰਿਹਾ, ਤਾਂ ਕਿ ਕਿਸੇ ਨੂੰ ਵੀ ਕੋਈ ਆਵਾਜ਼ ਨਾ ਆਵੇ। ਤਾਂ ਮੌਕੇ ਤੇ ਇੱਕ ਲਾਈਟ ਵੀ ਚੱਲ ਜਾਂਦੀ ਹੈ, ਜਿਸ ਤੋਂ ਬਾਅਦ ਇਹ ਉਸ ਜੀਪ ਨੂੰ ਉੱਥੇ ਹੀ ਛੱਡ ਕੇ ਨਿਕਲ ਜਾਂਦਾ, ਤਾਂ ਫਿਰ ਇਹ ਵਾਪਸ ਆਉਂਦਾ ਤਾਂ ਧੱਕਾ ਲੈ ਕੇ ਇਹ ਜੀਪ ਨੂੰ ਪਿੱਛੇ ਲੈ ਜਾਂਦਾ, ਜਿਸ ਤੋਂ ਬਾਅਦ ਇਹ ਜੀਪ ਨੂੰ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਦੇਰ ਰਾਤ ਇੱਕ ਚੋਰ ਦੇ ਵੱਲੋਂ ਜੀਪ ਨੂੰ ਚੋਰੀ ਕੀਤਾ ਗਿਆ, ਤੇ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ, ਤੇ ਇਸ ਸੰਬੰਧੀ ਸੂਚਨਾ
ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਤੁਸੀਂ ਵੀ ਵੇਖੋ ਕਿਸ ਤਰੀਕੇ ਦੇ ਨਾਲ, ਕਿਸ ਚਲਾਕੀ ਦੇ ਨਾਲ ਇਸ ਦੇ ਵੱਲੋਂ ਇਸ ਜੀਪ ਨੂੰ ਚੋਰੀ ਕੀਤਾ ਗਿਆ ਹੈ। ਤਾਂ ਪਹਿਲਾਂ ਤਾਂ ਇਹ ਖੜਾ ਉੱਥੇ ਸਿਗਰਟ ਪੀ ਰਿਹਾ ਹੁੰਦਾ ਹੈ, ਜਿਸ ਤੋਂ ਬਾਅਦ ਇਹ ਜੀਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਦੀ ਬਾਰੀ ਦਾ ਪਹਿਲਾਂ ਲੌਕ ਤੋੜਦਾ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਜੀਪ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ।